इंडिपेंडेंट काम करते हुए देखते हो थोनु केवे लागदा मेरी वाइफ दी बहुत चासी के ओनांदे बेटी होए इस काम दे विच आवन वास्ते इनांदे मजदद दा बड़ा हाथ है बोथ माय पेरेंट्स हैव बीन अ ह्यूज इंस्पिरेशन फॉर मी हुब हु काम जो मैडम गुसल करदी सी ओही तोडी बेटी कर रही है 100% ਬੈਟਰ ਦੈਨ ਹਰ ਡੂ ਯੂ ਰੀਲੀ ਥਿੰਕ ਕਿ ਤੁਸੀਂ ਆਪਣੇ ਮਮਾ ਦੇ ਨਾਲ ਉਹ 100% ਬੈਟਰ ਕਰ ਰਹੇ ਹੋ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਨੂੰ ਜੈਮ ਸਟੋਨਸ ਵਿੱਚ ਲਿਆਨ ਵਾਲੇ ਮਾਮਾ ਇਸੀ ਕੇ ਪਹਿਲੇ ਦਿਨੋਂ ਹੀ ਆਈ ਕੈਪਟ ਨੋ ਡਿਫਰੈਂਸ ਬੀਟਵੀਨ ਮਾਈ ਡਾਟਰ ਐਂਡ ਮਾਈ ਸਨਸ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਨਿਊਜ਼ਨੰਬਰ.com ਸਤਿ ਸ਼੍ਰੀ ਅਕਾਲ ਮੈਂ ਗੁਰਦੀਪ ਗਰੇਵਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿਊਜ਼ ਨੰਬਰ 30 ਤੇ ਸਵਾਗਤ ਕਰਦੀ ਹਾਂ ਪ੍ਰੋਗਰਾਮ ਰੰਗ ਪੰਜਾਬ ਦੇ ਦਾ ਇੱਕ ਨਵਾਂ ਐਪੀਸੋਡ ਲੈ ਕੇ ਅਸੀਂ ਫਿਰ ਹਾਜ਼ਰ ਹਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਚੰਡੀਗੜ੍ਹ ਦੇ ਸੈਕਟਰ 8 ਸਥਿਤ ਅਨਾਹਾ ਕੁੰਦਨ ਜੁਐਲਰੀ ਦੇ ਕ੍ਰੀਏਟਿਵ ਹੈੱਡ ਮੈਡਮ ਸਿਮਰਨ ਗੋਸਲ ਹੁਰਾਂ ਦੇ ਨਾਲ ਜਿਹੜੀ ਕਿ ਨਾ ਸਿਰਫ ਜੁਐਲਰੀ ਨੂੰ ਡਿਜ਼ਾਈਨ ਕਰਦੇ ਨੇ ਪਰ ਮੈਨੂਫੈਕਚਰਿੰਗ ਵੀ ਕਰਦੇ ਨੇ ਅਤੇ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਦੇ ਇਸ ਐਪੀਸੋਡ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਰਿਕੀਡਰ ਗੁਜਰਨ ਗੋਸਲ ਹਰੀ ਵੀ ਸਾਨੂੰ ਜੁਆਇਨ ਕਰ ਰਹੇ ਨੇ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਸਸ਼ੀ ਗਰ ਸਰ ਸਸ਼ੀ ਗਰ ਸਸ਼ੀ ਗਰ ਜੀ ਤੁਹਾਡਾ ਤਾਂ ਅਸੀਂ ਦੁਬਾਰਾ ਸਵਾਗਤ ਕਰਦੇ ਹਾਂ ਥੈਂਕ ਯੂ ਕਿਉਂਕਿ ਜਦੋਂ ਮੈਂ ਨਿਊਜ਼ ਨੰਬਰ ਜੁਆਇਨ ਕੀਤਾ ਸੀ ਮੇਰੀ ਪਹਿਲੀ ਇੰਟਰਵਿਊ ਸੀ ਤੁਹਾਡੀ ਇੰਟਰਵਿਊ ਦੇ ਨਾਲ ਮੇਰਾ ਲਾਂਚ ਹੋਇਆ ਸੀ ਨਿਊਜ਼ ਨੰਬਰ ਤੇ ਸੋ ਬਹੁਤ ਚੰਗਾ ਲੱਗਿਆ ਤੁਹਾਨੂੰ ਦੁਬਾਰਾ ਮਿਲ ਕੇ ਐਨਸਰ ਇਟਸ ਆਰ ਪਲੇਜ਼ਰ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਅੱਜ ਇਸ ਐਪੀਸੋਡ ਦੇ ਰਾਹੀਂ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਮੈਮ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਡੀ ਤੋਂ ਗੱਲ ਸ਼ੁਰੂ ਕਰਦੇ ਹਾਂ ਜਦੋਂ ਇੱਕ ਬੱਚਾ ਜਨਮ ਲੈਂਦਾ ਆ ਉਹਦੇ ਜਨਮ ਲੈਣ ਦੇ ਅਨਸਾਰ ਹੀ ਮਾਂ-ਬਾਪ ਸੁਪਨੇ ਦੇਖਣੇ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਦਿਲੀ ਦੁਆਵਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਕਿ ਜ਼ਿੰਦਗੀ ਚ ਅੱਛਾ ਕਰੇ ਆਪਣੇ ਪੈਰਾਂ ਤੇ ਖੜਾ ਹੋਵੇ ਇੱਕ ਸਕਸੈਸਫੁਲ ਲਾਈਫ ਨੂੰ ਇੰਜੋਏ ਕਰੇ ਤੇ ਉਹ ਵੀ ਜਦੋਂ ਤੁਹਾਡੇ ਬੱਚਿਆਂ ਨੇ ਜਨਮ ਲਿਆ ਹੋਣਾ ਤਾਂ ਤੁਹਾਡੀਆਂ ਤੇ ਮੈਡਮ ਗੋਸਲ ਦੀਆਂ ਨਾਲ ਦੀ ਨਾਲ ਇਹ ਚੱਲ ਪਈ ਹੋਣੀ ਆ ਕਿ ਚੰਗੀ ਲਾਈਫ ਇਹਨਾਂ ਦੀ ਹੋਵੇ ਤੇ ਅੱਜ ਜਦੋਂ ਤੁਸੀਂ ਮੈਡਮ ਸਿਮਰਨ ਗੋਸਲ ਨੂੰ ਐਂਟਰਪ੍ਰੈਨਿਅਰਸ਼ਿਪ ਦੇ ਵਿੱਚ ਦੇਖਦੇ ਹੋ ਇੰਡੀਪੈਂਡੈਂਟ ਕੰਮ ਕਰਦੇ ਹੋਏ ਦੇਖਦੇ ਤੁਹਾਨੂੰ ਕਿਵੇਂ ਲੱਗਦਾ ਅ ਬੇਟਾ ਬਹੁਤ ਅੱਛਾ ਲੱਗ ਰਿਹਾ ਇਹ ਤੁਹਾਡੀ ਗੱਲ ਬਿਲਕੁਲ ਸੱਚੀ ਆ ਜਦੋਂ ਬੱਚਾ ਪੈਦਾ ਹੁੰਦਾ ਤੇ ਪੇਰੈਂਟਸ ਆਲਵੇਜ਼ ਸਟਾਰਟ ਥਿੰਕਿੰਗ ਕਿ ਕਿਸ ਤਰ੍ਹਾਂ ਏ ਡਵੈਲਪ ਹੋਏਗਾ ਕਿਸ ਤਰ੍ਹਾਂ ਕੀ ਅਚੀਵ ਕਰੇਗਾ ਇਹ ਬੜੀ ਪਿਆਰੀ ਬੇਟੀ ਸੀ ਜਦੋਂ ਪੈਦਾ ਹੋਈ ਐ ਐਂਡ ਸਾਨੂੰ ਬੜਾ ਅੱਛਾ ਲੱਗ ਰਿਹਾ ਸੀਗਾ ਭਈ ਇੱਕ ਤੇ ਤੁਹਾਡੇ ਮੇਰੀ ਵਾਈਫ ਦੀ ਬਹੁਤ ਚਾਹ ਸੀ ਕਿ ਉਹਨਾਂ ਦੇ ਬੇਟੀ ਹੋਵੇ ਅੱਛਾ ਪਹਿਲਾਂ ਮੇਰਾ ਬੇਟਾ ਸੀਗਾ ਇਸੇ ਕੰਦਾ ਤੋਂ ਬੜਾ ਅੱਛਾ ਲੱਗਾ ਬਹੁਤ ਪਿਆਰ ਹੋਇਆ ਮੈਂ ਉਦੋਂ ਆਈਐਮਏ ਦੇ ਵਿੱਚ ਇਨਸਟ੍ਰਕਟਰ ਸਾਂ ਆਈਐਮਏ ਦੇ ਵਿੱਚ ਡਰਡੂ ਤੇ ਇਹਦੇ ਬਾਰੇ ਦੱਲਣ ਨੂੰ ਹੋਈ ਜੀ ਤੇ ਉੱਥੇ ਇਹਨੇ ਗ੍ਰੋ ਕੀਤਾ ওভার ધ ইয়ারਸ ਸ਼ੀ ਵਾਸ ਇਨੀਸ਼ਲੀ ਵੈਰੀ ਡਿਸਾਈਲ ਐਂਡ ਵੈਰੀ ਬੈਲੈਂਸਡ ਚਾਈਲਡ ਅੱਛਾ ਅਹ ਤੋ ਮੈਂ ਇਹ ਕਦੀ ਐਕਸਪੈਕਟ ਨਹੀਂ ਅਸੀਂ ਕਰਦਾ ਕਿ ਸ਼ੀ ਵਿਲ ਬਿਕਮ ਸੱਚ ਅ ਸਕਸੈਸਫੁਲ ਐਂਟਰਪ੍ਰੀਨਿਅਰ ਅਹ ਇਨ ਓਵਰ ધ ਟਾਈਮ ਤੇ ਇਹ ਬੇਸਿਕਲੀ ਇਸ ਕੰਮ ਦੇ ਵਿੱਚ ਆਉਣ ਵਾਸਤੇ ਇਹਨਾਂ ਦੇ ਮਜ਼ਲ ਦਾ ਬੜਾ ਹੱਥ ਹੈ ਉਹ ਖੁਦ ਬੜੀ ਅੱਛੀ ਡਿਜ਼ਾਈਨਰ ਸਰ ਹਮੇਸ਼ਾ ਉਹਨਾਂ ਨੂੰ ਸ਼ੌਕ ਰਹਿੰਦਾ ਸੀਗਾ ਕਿ ਮੈਂ ਆਪਣੇ ਮੰਮੀ ਦੀ ਜਾਂ ਆਪਣੇ ਮੇਰੀ ਮਦਦ ਦੀ ਜੂਲ ਦੀ ਪੁਰਾਣੀ ਪੌਣ ਉਹਨੂੰ ਪੁਰਾਣੀ ਨੂੰ ਰੀਡਿਜ਼ਾਈਨ ਕਰਨ ਤੇ ਉਹਨੂੰ ਅੱਛੀ ਤਰ੍ਹਾਂ ਇਸਤੇਮਾਲ ਕਰਨ ਤੇ ਉਹਦਾ ਸ਼ੌਕ ਉਠਾਉਣਾ ਤੇ ਉਹਦੀ ਜਦ ਅ ਉਹਨਾਂ ਨੇ ਬੜਾ ਇਸ ਚੀਜ਼ ਦੇ ਵਿੱਚ ਸ਼ੌਕ ਪੈਦਾ ਕੀਤਾ ਤੇ ਅਲਟੀਮੇਟਲੀ ਜਦੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਟ 스타ਟਡ ਐਜ਼ ਅ ਹਬੀ ਬੇਸਿਕਲੀ ਤੇ ਇਹ ਵੀ ਸਿਮਰਨ ਦੀ ਉਹਨਾਂ ਨੂੰ ਸੀਗੀ ਕੀ ਕਹਿੰਦੇ ਨੇ ਸਲਾ ਜੀ ਕਿ ਤੁਸੀਂ ਇੰਨਾ ਕੁਝ ਕਰਦੇ ਰਹੇ ਹੋ why don't you start something uh, on the jewelry mm -hmm. so she started uh, anaha. Mm -hmm. the anaha inna di beti da naam anahat hai ji ode naam de utte inna anaha uh, kundan jewelry da naam ditta gaya ji mm -hmm. te mm -hmm. ji da bada sona matlab hai eternal haan ji haan ji mm -hmm. haan ji te simran and they work together for number of years simran picked up the designing and uh, she, it's a, to be very frank with you, it's a self-taught uh, profession. with you know, a lot of uh, input from both my parents, mm -hmm. uh, papa vibhariachy mm -hmm. wood sculptor ne mm -hmm. and mama numai no sari uh, through my life painting ekabana, gardening, cardi, siga. Mm -hmm. so i would say both my parents have been a huge inspiration for me uh, as a designer. ਮੈਂ ਮੇਰਾ ਆਰਟਿਸਟਿਕ ਟ੍ਰੈਂਡ ਜਿਹੜਾ ਹੈ ਸਕੂਲ ਤੋਂ ਸ਼ੁਰੂ ਹੋਇਆ ਸੀ ਆਈ ਵਾਸ ਵੈਰੀ ਗੁੱਡ ਇਨ ਡਰਾਇੰਗ ਅੱਛਾ ਉਹ ਫਿਰ ਮੈਂ ਹੌਲੀ-ਹੌਲੀ ਅੱਗੇ ਚੱਲਦਾ ਗਿਆ ਵੈਨ ਆਈ ਵਾਸ ਪੋਸਟਡ ਇਨ ਮੈਂ ਸਿਕੰਦ ਦੇ ਵਿੱਚ ਪੋਸਟਡ ਸਾਂ ਤੇ ਉੱਥੇ ਮੈਨੂੰ ਫਲਾਅਰਸ ਦੀ ਮੈਨੂੰ ਬੜੀ ਸ਼ੌਕ ਸੀਗਾ ਗਾਰਡਨਿੰਗ ਦਾ ਬੜਾ ਸ਼ੌਕ ਸੀਗਾ ਆਈ ਕਲੈਕਟਡ 150 ਵਾਈਲਡ ਫਲਾਅਰਸ ਅੱਛਾ from uh, the mountainous area all around sikkim right, right. and put it in the album ohnu sukha ke album banai mai te oh badi appreciate kiti saryan ne jene vi dekhi te dusra mera shauk utthe paida hoya wood crafting da e bhi self uh, taught hai wood craft exam mainu meri akh badi tez hundi si ki ਕੋਈ ਕੋਈ ਵੀ ਲੱਕੜੀ ਇੱਧਰ ਉੱਧਰ ਪਈ ਆ ਉਹਦੀ ਸ਼ੇਪ ਕੀ ਹੋ ਸਕਦੀ ਆ ਮੈਂ ਉਹਨੂੰ ਜੰਗਲ ਚੋਂ ਜਾਂ ਦਰਿਆ ਦੇ ਬੈੱਡ ਚੋਂ ਚੁੱਕ ਲਿਆ ਹੁੰਦਾ ਸੀ ਤੇ ਉਹਨੂੰ ਫਿਰ ਸ਼ੇਪ ਸ਼ੇਪ ਉਹਨੂੰ ਕਰਕੇ ਉਹਨੂੰ ਸਾਫ਼ ਕਰਕੇ ਉਹਨੂੰ ਕੀ ਨਾ ਰਗੜਾਈ ਉਹਦੀ ਕਰਕੇ ਪਾਲਿਸ਼ ਕਰਕੇ ਉਹਨੂੰ ਤਿਆਰ ਕਰਦਾ ਸੀ ਇੱਕ ਪੀਸ ਮੈਂ ਤੁਹਾਡੇ ਸਾਹਮਣੇ ਹੈਗਾ ਜਿਹੜਾ ਮੈਂ ਆਈ ਕਾਲ ਇਟ ਮਦਰਨ ਚਾਈਲਡ ਅੱਛਾ ਤੇ ਮੈਂ ਤਕਰੀਬਨ 200 250 ਪੀਸ ਇਸ ਤਰ੍ਹਾਂ ਇਕੱਠੇ ਕੀਤੇ ਉਹਨਾਂ ਦੀ ਕ્રાਫਟਿੰਗ ਕੀਤੀ ਤੇ ਸਾਰੇ ਤਕਰੀਬਨ ਸਾਰੇ ਰਿਲੇਟਿਵਸ ਨੂੰ ਤੇ ਸਾਰੇ ਫਰੈਂਡਸ ਨੂੰ ਇੱਕ ਇੱਕ ਪੀਸ ਦੇ ਪ੍ਰੈਜ਼ੈਂਟ ਆਫਰ ਹਾਊ ਸਵੀਟ ਸਰ ਹਾਊ ਸਵੀਟ ਤੁਸੀਂ ਮੈਡਮ ਗੁਰਬੰਸ ਜੀ ਮੰਗੋਸਲ ਹੁਰਾ ਨੂੰ ਵੀ ਕੰਮ ਕਰਦੇ ਦੇਖਿਆ ਜਿਉਂ ਰੀ ਡਿਜ਼ਾਈਨਰ ਦੇ ਵਿੱਚ ਹੁਣ ਤੁਸੀਂ ਮੈਡਮ ਸਿਮਰਨ ਨੂੰ ਵੀ ਦੇਖਦੇ ਹੋ ਤੇ ਤੁਸੀਂ ਨਾਲ ਵੀ ਇਹਨਾਂ ਦੇ ਹੁੰਨੇ ਹੋ ਹਮੇਸ਼ਾ ਤੁਹਾਨੂੰ ਕੀ ਲੱਗਦਾ ਹੈ ਕਿ ਦੋਨਾਂ ਦੇ ਕੰਮ ਕਰਨ ਦੇ ਵਿੱਚ ਤਰੀਕੇ ਦੇ ਵਿੱਚ ਕੀ ਫਰਕ ਹੈਗਾ ਜਾਂ ਦੋਵੇਂ ਇੱਕੋ ਤਰ੍ਹਾਂ ਤੁਹਾਨੂੰ ਲੱਗਦੇ ਨੇ ਕਿ ਹੂਬ ਹੂ ਕੰਮ ਜੋ ਮੈਡਮ ਗੁਸਲ ਕਰਦੀ ਸੀ ਉਹ ਹੀ ਤੁਹਾਡੀ ਬੇਟੀ ਕਰ ਰਹੀ ਹੈ ਐਜ਼ ਅ ਮੈਡਮ ਆਈ ਊਲ ਟੇ ਸ਼ੀ ਇਜ਼ ਇਫ ਨਾਥਿੰਗ ਐਲਸ ਐਟ ਲੀਸਟ 100% better than her. <laughs> She has picked up really well. Ji ji. Aur inna de design bade modern ne. Inna nu colors da bada shauk hai. Koi mera khayal acha color stone nahi hona jinna ne jada inna ne istemal nahi kita. Meri wife us vele NS stones de vich involved nahi. ਇਹਨਾਂ ਨੇ ਇਸ ਸਟੋਨ ਨੂੰ ਤੇ ਡਾਇਮੰਡਸ ਨੂੰ ਬੜਾ ਉੱਪਰ ਚੁੱਕਿਆ ਹੈਗਾ ਜੀ ਨਵੇਂ ਬਹੁਤ ਵੱਡਾ ਕੰਪਲੀਮੈਂਟ ਆ ਰਿਹਾ ਕਾ ਜੀ ਬਿਲਕੁਲ ਥੈਂਕ ਯੂ ਤੁਸੀਂ ਤੁਸੀਂ ਇਹਨੂੰ ਕਿ ਮੈਂ ਸਮਝਦੀ ਹੂੰ ਥੂ ਰੀਅਲੀ ਥਿੰਕ ਕਿ ਤੁਸੀਂ ਆਪਣੇ ਮਮਾ ਦੇ ਨਾਲ 100% ਬੈਟਰ ਕਰ ਰਹੇ ਹੋ ਜਾਂ ਕੀ ਲੱਗ ਰਿਹਾ ਆ ਵੈਲ ਮਮਾ ਹੈਜ਼ ਆਲਵੇਸ ਬੀਨ ਐਨ ਇਨਸਪੀਰੇਸ਼ਨ ਐਂਡ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ And uh, we had a lot of common interests and a lot of shared interests, uh, but I can But many gemstones which learn mama because at that time, because gemstones, people did not know. She used to wear emeralds, rubies, uh, sapphires, and when uh, I was doing jewelry designing, I just discovered many more gemstones, which okay. I used use use. ਐਂਡ ਜਦੋਂ ਸਾਡੇ ਕਸਟਮਰਸ ਨੇ ਅਪਰੀਸ਼ੀਏਟ ਕਰਨਾ ਤੇ ਸਾਨੂੰ ਬੜਾ ਇਨਕਰੇਜਿੰਗ ਲੱਗਦਾ ਆਲਸੋ ਜਿਹੜੇ ਜੈਮਸਟੋਨਸ ਅਸੀਂ ਯੂਜ਼ ਕਰਦੇ ਆ ਉਹ ਆਮ ਤੌਰ ਤੇ ਜੂਲਰਸ ਜਾਂ ਡਿਜ਼ਾਈਨਰਸ ਬਹੁਤ ਕਾਟ ਡਿਜ਼ਾਈਨਰਸ ਯੂਜ਼ ਕਰਦੇ ਆ ਇਨ ਕੁੰਦਨ ਜੂਲਰੀ ਸਪੈਸ਼ਲੀ ਮੀਨਾ ਯੂ ਹੁੰਦਾ ਆ ਵੈਰੀ ਪ੍ਰੈਵਲੈਂਟ ਹੁਣ ਅੱਜ ਕੱਲ ਪੈਸਟਲ ਕਲਰ ਦਾ ਮੀਨਾ ਦਾ ਬਹੁਤ ਰਿਵਾਜ ਆ ਗਿਆ ਆ ਬਟ ਪਹਿਲਾਂ ਕੋਈ ਇੰਨੇ ਜ਼ਿਆਦਾ ਜੈਮ ਸਟੋਨਸ ਹਜੇ ਵੀ ਨਹੀਂ ਕੋਈ ਯੂਜ਼ ਕਰਦਾ ਇਨ ਕੁੰਦਨ ਲਾਈਕ ਵੀ ਯੂਜ਼ ਵੀ ਯੂਜ਼ ਅਬਾਊਟ 100 ਡਿਫਰੈਂਟ ਜੈਮ ਸਟੋਨਸ ਐਂਡ ਹਮੇਸ਼ਾ ਅਸੀਂ ਨਵੇਂ ਤੋਂ ਨਵੇਂ ਬਿਕੋਜ਼ ਇਟਸ ਆਈ ਊਡ ਸੇ ਆ ਜੁਐਲਰੀ ਇਜ਼ ਟ੍ਰੈਡੀਸ਼ਨਲ ਵਿਦ ਅ ਕੰਟੈਂਪੋਰਰੀ ਟਵਿਸਟ ਅਸੀਂ ਉਹਨਾਂ ਦੇ ਸਾਰੇ ਟ੍ਰੈਡੀਸ਼ਨਲ ਐਲੀਮੈਂਟਸ ਨੂੰ ਰੀਟੇਨ ਕਰਦੇ ਆ ਬਟ Uh, the colors are contemporary and nature agar tusi dekho nature vich kinne sare rang ya phullan de rang uh, chidiyan de rang so nature is one of her biggest inspirations mm -hmm. and menu bahut wari loki puchte hai ki ya e natural gemstones ya e sare earth mined mm ne so yes they are all natural gemstones assi koi glass nahi use uh, karde it gives a beautiful look to the jewelry ਬਿਲਕੁਲ ਤੁਸੀਂ ਕਿਤੇ ਆਪਣੇ ਫਾਦਰ ਸਾਹਿਬ ਦੇ ਲਈ ਕੁਝ ਡਿਜ਼ਾਈਨ ਕੀਤੇ ਹੋ ਕਿਉਂਕਿ ਹੁਣ ਤੇ ਜੈਂਟਸ ਲੁੱਕਾਂ ਦੇ ਵਿੱਚ ਵੀ ਬਹੁਤ ਟ੍ਰੈਂਡ ਹੈਗਾ ਕੁਝ ਨਾ ਕੁਝ ਪਾਉਣ ਦਾ ਕਿਉਂਕਿ ਅੱਜ ਜੇ ਅਸੀਂ ਵੈਡਿੰਗਸ ਦੇਖਦੇ ਆਂ ਤਾਂ ਬ੍ਰਾਈਡ ਦੇ ਜਿੰਨੀ ਜੁਐਲਰੀ ਹੁੰਦੀ ਹੈ ਤੇ ਗਰੂਮ ਦੇ ਵੀ ਉਨੀ ਜੁਐਲਰੀ ਬਹਾਂਜੀ ਬਿਲਕੁਲ ਆਈ ਥਿੰਕ ਪਾਪਾ ਵਾਸਤੇ ਮੈਂ ਕਫਲਿੰਗਸ ਡਿਜ਼ਾਈਨ ਕੀਤੇ ਆ ਫਾਰ ਹਿਸ ਸ਼ਰਟ ਵਾਓ ਬਟ ਡੈਫੀਨਿਟਲੀ ਗਰੂਮ ਜੁਐਲਰੀ ਅਸੀਂ ਬਹੁਤ ਕਰਦੇ ਹੈਗੇ ਆ ਜਿਦਾ ਪੰਜ ਲੜਾ ਸੱਤ ਲੜਾ ਸਟ੍ਰਿੰਗਸ ਆਫ ਐਮਰਲਡਸ ਯਾ ਰੂਬੀਜ਼ ਕਲਗੀ ਕਲਗੀ ਮੈਨਸ ਪੈਂਡੈਂਟ ਸੋ देयर डिफरेंट ਫਾਰਮਸ ਆਫ ਜੁਐਲਰੀ ਜਿਹੜੇ ਕਿ ਅਸੀਂ ਅਚਕਨ ਬਟਨਸ ਫੋਰ men ਜੀ ਸੋ ਅ ਇਸ ਤੋਂ ਪਹਿਲਾਂ ਕਿ ਮੈਂ ਮੈਮ ਦੇ ਨਾਲ ਜਿਹੜੀ ਇਨ ਡੈਪਥ ਕਨਵਰਸੇਸ਼ਨ ਅਸੀਂ ਸ਼ੁਰੂ ਕਰੀਏ ਜੁਐਲਰੀ ਡਿਜ਼ਾਈਨਿੰਗ ਨੂੰ ਲੈ ਕੇ ਜਾਂ ਮੈਨੂਫੈਕਚਰਿੰਗ ਨੂੰ ਲੈ ਕੇ ਅੱਜ ਤੁਸੀਂ ਨਿਊਜ਼ ਨੰਬਰ ਦੇ ਵਿੱਚ ਆ ਕੇ ਹੋ ਸਕਦਾ ਹੈ ਕਿ ਦੇ ਮੈਮ ਨੂੰ ਉਹ ਗੱਲ ਨਹੀਂ ਕਹਿ ਪਾਏ ਹੋ ਜੇ ਤੁਸੀਂ ਅੱਜ ਉਹਨਾਂ ਨੂੰ ਖੜਾ ਦੇਖਦੇ ਹੋ ਕੁਝ ਕਹਿਣਾ ਚਾਹੋਗੇ ਜਾਂ ਫਿਰ ਇਸ ਵੇਲੇ ਜਿੰਨੀਆਂ ਵੀ ਸਾਨੂੰ ਕੁੜੀਆਂ ਦੇਖ ਰਹੀਆਂ ਨੇ ਆਉਣ ਵਾਲੀਆਂ ਨੇ ਇਸ profession ਦੇ ਵਿੱਚ ਜਾਂ ਫਿਰ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਆਪਣਾ ਸੈਕਸੈਸਫੁਲ ਹੋਣ ਦੇ ਲਈ ਕਰਨਾ ਚਾਹੁੰਦੀਆਂ ਕੁਝ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ ਨਿਊ ਜਨਰੇਸ਼ਨ ਨੂੰ ਔਰ ਈਵਨ ਦੀ ਪ੍ਰੈਜ਼ੈਂਟ ਜਨਰੇਸ਼ਨ ਨੂੰ ਕਿ ਦੇ ਮਸਟ ਬਿਕਮ ਇੰਡੀਪੈਂਡੈਂਟ ਕੁਛ ਨਾ ਕੁਛ ਉਹਨਾਂ ਨੂੰ ਖੁਦ ਕਰਨਾ ਚਾਹੀਦਾ ਆਪਣੇ ਹਸਬੰਦ ਤੇ ਜਾਂ ਆਪਣੇ ਫਾਦਰ ਸਾਹਿਬ ਤੇ ਜਾਂ ਆਪਣੇ ਰਿਲੇਟਿਵਸ ਤੇ ਡਿਪੈਂਡ ਨਹੀਂ ਕਰਨਾ ਚਾਹੀਦਾ ਇਹ ਬੜੀ ਵੱਡੀ ਉਹਨਾਂ ਵਾਸਤੇ ਦੇਣ ਹੋਏਗੀ ਇਹ ਵੀ ਪੇਰੈਂਟਸ ਨੂੰ ਚਾਹੀਦਾ ਕਿ ਉਹਨਾਂ ਨੂੰ ਇੰਡੀਪੈਂਡੈਂਟ ਬਣਾਉਣ ਅੱਜ ਮੈਂ ਸਮਝਦਾ ਮੈਂ ਤੇ ਬੜੇ ਪਹਿਲੇ ਦਿਨੋਂ ਹੀ ਆਈ ਕੇਪਟ ਨੋ ਡਿਫਰੈਂਸ ਬਿਟਵੀਨ ਮਾਈ ਡਾਟਰ ਐਂਡ ਮਾਈ ਸਨਸ ਥੈਟਸ ਸੋ ਸਵੀਟ ਯਾ ਅੱਜਕੱਲ੍ਹ ਜਿਹੜਾ ਹੈਗਾ ਸਾਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਅਸੀਂ ਬੇਟੀਆਂ ਵਾਸਤੇ ਉਹਨਾਂ ਕੁਝ ਕਰੀਏ ਜਿਨਾ ਅਸੀਂ ਆਪਣੇ ਬੇਟਿਆਂ ਵਾਸਤੇ ਕਰਦੇ ਹਾਂ ਐਂਡ ਤੁਸੀਂ ਦੇਖਿਆ ਹੋਣਾ ਏਕਟ ਦੇ ਵਿੱਚ ਦੇ ਆ ਟੌਪ ਆਰਟਿਸਟਸ ਦੇ ਆ ਟੌਪ ਨਿਊਲੀਟਲ ਲੋ ਦੇ ਆ ਟੌਪ ਆਈ ਮੀਨ ਜਿੱਗਾ ਵੀ ਕੰਮ ਹੈ ਪਿਕ ਅਪ ਕਰਦੀਆਂ ਨੇ ਆਈ ਐਮ ਵੈਰੀ ਪ੍ਰਾਊਡ ਦੈਟ ਦੀ ਪ੍ਰੈਜ਼ੈਂਟ ਜਨਰੇਸ਼ਨ ਇਜ਼ ਡੂਇੰਗ ਵੈਰੀ ਵੈਲ ਤੁਸੀਂ ਬੈਂਕਸ ਦੇਖ ਲਓ ਕਿਤੇ ਦੇਖ ਲਓ ਤੁਸੀਂ ਦੀ ਗਰਲਸ ਆਫ ਡੂਇੰਗ ਵੈਰੀ ਵੈਲ ਐਂਡ ਆਮ ਵੈਰੀ ਪ੍ਰਾਊਡ ਆਫ ਥੇ ਸੋ ਵੀ ਰੀਲੀ ਥੈਂਕਫੁਲ ਟੂ ਯੂ ਕਿ ਤੁਸੀਂ ਸਾਡੇ ਲਈ ਇੰਨਾ ਟਾਈਮ ਕੱਢਿਆ ਤੇ ਨਿਊਜ਼ ਨੰਬਰ ਦੇ ਰਾਹੀਂ ਤੁਸੀਂ ਅੱਜ ਸਾਡੇ ਵਿਊਅਰਸ ਦੇ ਰੂਬਰੂ ਹੋਏ ਥੈਂਕ ਯੂ ਸੋ ਮੱਚ ਸਸ਼ਿਕਾਲ ਜੀ ਸਸ਼ਿਕਾਲ ਥੈਂਕ ਯੂ ਪ੍ਰਿਕੀਟਰ ਸਾਹਿਬ ਵਿਦ ਲੈ ਚੁੱਕੇ ਨੇ ਸਾਡੇ ਤੋਂ ਤੇ ਅਗਲੀ ਗੱਲਬਾਤ ਆਪਾਂ ਮੈਡਮ ਸਿਮਰਨ ਗੋਸਲ ਹੋਰਾਂ ਦੇ ਨਾਲ ਕਰਾਂਗੇ ਮੈਮ ਜੋ ਤੁਸੀਂ ਜੈਮ ਸਟੋਨਸ ਦੀ ਗੱਲ ਕਰਦੇ ਹੋ ਇਹ ਸਾਰੇ ਸਟੋਨ ਇੰਡੀਆ ਵਿੱਚ ਅਵੇਲੇਬਲ ਹੈਗੇ ਆ ਜਾਂ ਫਿਰ ਇੰਪੋਰਟ ਐਕਸਪੋਰਟ ਤੁਹਾਨੂੰ ਕਰਨਾ ਪੈਂਦਾ ਹੈ ਇਹਦੇ ਲਈ ਆ ਸਾਰੇ ਸਟੋਨਸ ਅਲੱਗ-ਅਲੱਗ ਜਗ੍ਹਾ ਤੋਂ ਆਉਂਦੇ ਆ ਕੁਝ ਆਫਰੀਕਾ ਤੋਂ ਆਉਂਦੇ ਆ ਕੁਝ ਡਿਫਰੈਂਟ ਪਾਰਟਸ ਆਫ ਦ ਵਰਲਡ ਕੈਨੇਡਾ ਯੂਰਪ ਜਿੱਥੇ ਵੀ ਇਹਨਾਂ ਦੀ ਮਾਈਨਿੰਗ ਹੁੰਦੀ ਆ ਉਥੋਂ ਤੋਂ ਆਉਂਦੇ ਹੈਗੇ ਆ ਔਰ ਇਹ ਜੇਪੁਰ ਆਉਂਦੇ ਆ ਉੱਥੇ ਕੱਟ ਕਟਿੰਗ ਹੁੰਦੀ ਆ ਪਾਲਿਸ਼ਿੰਗ ਹੁੰਦੀ ਆ ਔਰ ਫੇਰ ਸਾਨੂੰ ਜੇਪੁਰ ਤੋਂ ਅਸੀਂ ਜਾ ਕੇ ਲੈ ਕੇ ਆਣੇ ਹੈਗੇ ਆ ਐਂਡ ਔਰ ਉਥੋਂ ਤੋਂ ਵਾਪਸ ਐਕਸਪੋਰਟ ਹੁੰਦੇ ਆ 올 ਓਵਰ ਦ ਵਰਲਡ ਜੀ ਜਿਸ ਤਰ੍ਹਾਂ ਤੁਹਾਡਾ ਸੂਰਤ ਹੈਗਾ ਕਟਿੰਗ ਸੈਂਟਰ ਫॉर ਡਾਇਮੰਡਸ ਜੇਪੁਰ ਇਜ਼ ਦ ਕਟਿੰਗ ਸੈਂਟਰ ਫॉर ਜੇਮ ਸਟones ਉੱਥੇ ਮੁਸਲਮ ਕਾਰੀਗਰ ਬਹੁਤ ਸੋਨੀ ترا ਕਸ਼ੀਦਾ ਕਾਰੀ ਕਰਦੇ ਆ ਸਟੋਨਸ ਦੇ ਉੱਤੇ ਇੰਗਰੇਵਿੰਗ ਜਿਹਨੂੰ ਅਸੀਂ ਕਹਿੰਨੇ ਆ ਐਂਡ ਡਿਫਰੈਂਟ ਕਿਸਮ ਦੀ ਕਟਿੰਗ ਕਰਦੇ ਆ ਅਗਰ ਤੁਸੀਂ ਸਾਡੇ ਕੋਲ ਸਟੋਨਸ ਜਾਂ ਕਟਿੰਗ ਦੇਖੋਗੇ ਫ্রম ਪਲੇਨ ਸਟੋਨਸ ਟੂ ਕੱਟ ਸਟੋਨਸ ਆ ਡਾਈਮਨ ਕਟਿੰਗ ਕਰਦੇ ਹੈਗੇ ਆ ਉਹਨਾਂ ਤੇ ਸਲਾਈਟ ਇੰਗਰੇਵਿੰਗ ਕਰਦੇ ਆ ਵਿਚ ਆ ਦੈਨ ਐਕਸਪੋਰਟਡ ਬੈਕ ਜੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਇਹ ਜਿਹੜੇ ਅਲੱਗ-ਅਲੱਗ ਸਟੋਨ ਜਾਂ ਜੈਮਸ ਨੇ ਇਹਨਾਂ ਦੀ ਹੀਲਿੰਗ ਪਾਵਰਸ ਹੁੰਦੀਆਂ ਨੇ ਹਾਂਜੀ ਕਿਉਂਕਿ ਕਈ ਵਾਰੀ ਅਸੀਂ ਅਗਰ ਅਸੀਂ ਪਰਲ ਪਾਇਆ ਸਾਨੂੰ ਲੱਗਦਾ ਕਿ ਪਰਲ ਪਾਇਆ ਪਰ ਉਹਦਾ ਕੀ ਮਤਲਬ ਹੈ ਉਹ ਸਾਨੂੰ ਕਿਸ ਤਰੀਕੇ ਦੇ ਨਾਲ ਹੀਲ ਕਰ ਰਿਹਾ ਜਾਂ ਉਹਦੇ ਵਿੱਚ ਕੀ ਹੀਲਿੰਗ ਪਾਵਰ ਹੈ ਉਹ ਸਾਨੂੰ ਸਮ ਟਾਈਮ ਨਹੀਂ ਪਤਾ ਹੁੰਦੀ ਮੈਂ ਚਾਹੂੰਗੀ ਕਿ ਕੁਝ ਜਿਹੜੇ ਕਾਮਨ ਨੇਗੇ ਜਿਦਾ ਕੁੰਦਨ ਹਰ ਕੋਈ ਵੇਅਰ ਕਰ ਸਕਦਾ ਆ ਡਾਇਮੰਡ ਹੋ ਗਿਆ ਜਾਂ ਫਿਰ ਪਰਲ ਹੋ ਗਿਆ ਇਹਨਾਂ ਦੀਆਂ ਕੁਝ ਹੀਲਿੰਗ ਪਾਵਰਸ ਬਾਰੇ ਸਾਨੂੰ ਦੱਸ ਸਕਦੇ ਹੋ ਤੁਸੀਂ ਸੋ ਬੇਸਿਕਲੀ ਅ ਜਿਹੜੇ ਸਟੋਨਸ ਹੈਗੇ ਹਰ ਇੱਕ ਦੀ ਹੀਲਿੰਗ ਪਾਵਰ ਹੁੰਦੀ ਹੈ ਕਿਉਂਕਿ ਦੇ ਆਰ ਅਰਥ ਮਾਈਂਡ ਐਂਡ ਅਰਥ ਮਾਈਂਡ ਦਾ ਮਤਲਬ ਵੀ ਧਰਤੀ ਦੀਆ ਪਰਤਾਂ ਵਿੱਚ ਬਹੁਤ ਸਾਰੇ ਸਾਲ ਰਹਿੰਦੇ ਹੈਗੇ ਐਂਡ ਹੌਲੀ ਹੌਲੀ ਇਹ ਬਣਦੇ ਹੈਗੇ ਜਿਸ ਤਰ੍ਹਾਂ ਕਿ ਡਾਇਮੰਡ ਬਹੁਤ ਸਾਰੇ ਕੋਲ ਤੋਂ ਬਣਦਾ ਹੈਗਾ ਸੋ ਓਵਰ ਮਿਲੀਅਨਸ ਐਂਡ ਮਿਲੀਅਨਸ ਆਫ ਯੀਅਰਸ ਇਸ ਰਾਹੀਂ ਇਹ ਜਮ ਸਟੋਨਸ ਹੈ ਸਾਡੇ ਬਹੁਤ ਕਿਸਮ ਦੇ ਰੌਕਸ ਹੁੰਦੇ ਆ ਬੇਸਿਕਲੀ 3 ਮੈਟਾਮੋਰਫਿਕ ਸੈਡੀਮੈਂਟਰੀ ਐਂਡ ਇਗਨੀਅਸ ਰੌਕਸ ਸੋ ਜਦੋਂ ਮਾਈਨਿੰਗ ਹੁੰਦੀ ਆ ਸੋ ਜਿਹੜਾ ਇੱਕ ਜੇਮੋਲੋਜਿਸਟ ਹੈ ਕਾਇਆ ਜਾਂ ਜਿਹੜਾ ਮਾਈਨਰ ਆ ਉਹ ਡਿਟਰਮਨ ਕਰਦਾ ਆ ਵੀ ਇਹ ਕਿਹੜੇ ਕੁਆਲਿਟੀ ਦਾ ਹੈ ਕਾਇਆ ਰਫ ਸોર્ટ ਆਊਟ ਫ্রম ਦੀ ਰਫ ਸોર્ટ ਆਊਟ ਹੋਣ ਤੋਂ ਬਾਅਦ ਉਹਨਾਂ ਦੀ ਕਟਿੰਗ ਹੁੰਦੀ ਆ एंड येस बिकॉज इट्स अ प्रोडक्ट ऑफ द अर्थ य सारे द हीलिंग पावर है अजक बहुत सारे हीलर आ चक्रा हीलरस आ जेडे कि हूँ जेम स्टोन यूज करते हैं एंड हरेक जैम स्टोन एक परटिकुलर एलिमेंट और फ्यू पर्टुलर एलीमेंट्स हील करते फॉर एग्जाम्पल रोज क्वाट्स इज वाइडली कंसिडर एज द स्टोन फॉर रोमेंस लव अगर तुम लव अपनी जिंदगी में लैके आना यू वुड यूज रोज क्वाट्स Uh, इस तरह ही uh, नवरत्न असी अगे है कि नौ रतन हर एक रतन एक पलानट गवर्न करता है अच्छा सो uh, so, पर्ल मूंगा कैटसाई uh, uh, हेसोनाइट रूबी एमरुल सैफायर सिट्रीन ये नौ रत्न ने ड्यूरिंग द मुगल्स ए मुगल सारे नवरत्न एक ही ਉਹ ਪੈਂਡੈਂਟ ਵਿੱਚ ਯੂਜ਼ ਕਰਦੇ ਸੀਗੇ ਐਂਡ ਯੂਸੂਅਲੀ ਉਹ ਬਾਹ ਤੇ ਬੰਨਦੇ ਸੀਗੇ ਉਹਨੂੰ ਜਾਂ ਫਿਰ ਆਪਣੇ ਗਲੇ ਵਿੱਚ ਪਾਉਂਦੇ ਸੀਗੇ ਔਰ ਉਹ ਸੋਚਦੇ ਸੀਗੇ ਵੀ ਜੇ ਸਾਰੇ ਨੋ planets ਯਾ ਅਸੀਂ ਉਹ ਸਾਰਿਆਂ ਨੂੰ ਵੀ ਟੇਕਨ ਕੇਅਰ ਆਫ ਇਟ ਬਾਈ ਵੇਅਰਿੰਗ ਸਟੋਨਸ ਐਜ਼ ਅ ਪ੍ਰੋਟੈਕਸ਼ਨ ਵਾਓ ਯਾ ਸੋ ਇਟਸ ਐਕਚੁਅਲੀ ਯੂ نو Hindu mythology ਫਾਲੋਡ ਬਾਈ ਦ ਮੁਸਲਿਮਸ ਯੂ نو ਬਿਕੋਜ਼ ਜਿਹੜੀ ਸਾਡੀ ਹਿੰਦੂ ਅਸਟਰੋਲੋਜੀ اور ਮਾਇਥੋਲੋਜੀ ਦੇ ਹਿਸਾਬ ਨਾਲ ਨਵਰਤਨ ਹਰੇਕ ਪਲੈਨਟ ਨੂੰ ਲੁੱਕ ਆਫਟਰ ਕਰਦੇ ਹੈਗੇ ਜੀ ਜ਼ਰੂਰ ਅੱਛਾ ਇਸ ਟਾਈਮ ਇੰਡੀਆ ਦੇ ਵਿੱਚ ਵੈਡਿੰਗ ਸੀਜ਼ਨ ਚੱਲ ਰਿਹਾ ਪੰਜਾਬ ਦੀ ਗੱਲ ਕਰ ਲਈਏ ਜਾਂ ਫਿਰ ਪੰਜਾਬ ਤੋਂ ਜਿਹੜੀਆਂ ਅਦਰ ਸਟੇਟਸ ਨੇ ਅਪ ਉਹਨਾਂ ਦੀ ਗੱਲ ਕਰ ਲਈਏ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਜੁਐਲਰੀ ਦਾ ਕੀ ਟ੍ਰੈਂਡ ਚੱਲ ਰਿਹਾ ਹੈ ਕਿਉਂਕਿ ਬਾਲੀਵੁੱਡ ਦੇ ਵਿੱਚ ਵੀ ਵਿਆਹ ਵਿਆਹ ਹੋ ਰਹੇ ਨੇ ਸੋ ਸਾਰਿਆਂ ਦਾ ਧਿਆਨ ਹੈ ਕਿ ਉਹ ਨੇ ਕੀ ਪਾਇਆ ਸੀ ਪ੍ਰਿਅੰਕਾ ਨੇ ਕੀ ਪਾਇਆ ਸੀ ਜਾਂ ਕਿ ਉਹ ਜੀ ਜੁਐਲਰੀ ਪਾਈ ਸੀ ਪਰ ਆਪਾਂ ਗੱਲ ਕਰਾਂਗੇ ਓਵਰਆਲ ਸਾਰੀ ਕਲੀ ਬਾਲੀਵੁੱਡ ਦੀ ਨਾ ਕਰਕੇ ਕਿ ਇਸ ਟਾਈਮ ਵੈਡਿੰਗ ਸੀਜ਼ਨ ਦੇ ਵਿੱਚ ਜੁਐਲਰੀ ਦਾ ਕੀ ਟ੍ਰੈਂਡ ਚੱਲ ਰਿਹਾ ਆ ਅੱਜਕਲ ਵੈਡਿੰਗ ਸੀਜ਼ਨ ਵਿੱਚ ਬੋਥ ਸਾਰੇ ਚੋਕਰਸ ਚੋਕਰਸ ਹੁੰਦੇ ਜਿਸ ਤਰ੍ਹਾਂ ਮੈਂ ਛੋਟਾ ਚੋਕਰ ਪਾਇਆ ਪਰ ਪੂਰਾ ਜਿਹਦੇ ਵਿੱਚ ਗਲਾ ਭਰ ਜਾਏ ਹੈਵੀ ਚੋਕਰਸ ਸਤਲੜਾ ਹਾਰਸ ਪਟਿਹਾਰ ਜਿਹੜਾ ਕੀ ਲੰਬਾ ਹਾਰ ਹੁੰਦਾ ਹੈਗਾ ਆ ਲੋਟ ਆਫ ਚੁੰਮਕੀਜ਼ ਕੁਝ ਮੈਂ ਪੀਸਸ ਰੱਖੇ ਵੀ ਹੈਗੇ ਨੇ ਤੁਹਾਡੇ ਸਾਹਮਣੇ ਜੀ ਐਂਡ ਚਾਂਦ ਵਾਲੀਜ਼ ਯੂ نو ਟਾਕਿੰਗ ਅਬਾਊਟ ਦ ਟਰੈਡੀਸ਼ਨ ਆਫ ਪੰਜਾਬ ਇਹ ਦੇਖੋ ਜਿਸ ਤਰ੍ਹਾਂ ਇਹ ਜੁਗਨੀ ਸੈਟ ਹੈਗਾ ਆ ਯੂ نو ਸੋ ਇਹਨਾਂ ਦੇ نیچے ਪਿੱਪਲ ਪੱਤੀਆਂ ਲੱਗੀਆਂ ਹੈਗਿਆ ਆ ਪਿੱਪਲ ਦੇ ਦਰਖਤਾਂ ਤੋਂ ਇਨਸਪਾਇਰਡ ਇਹ ਪਿੱਪਲ ਪੱਤੀਆਂ ਆਲਵੇਜ਼ ਇਨ ਟ੍ਰੈਂਡ ਸੋ ਅਮ ਦੈਨ ਅਸੀਂ ਬਹੁਤ ਸਾਰੇ ਐਲੀਮੈਂਟਸ ਜਿਹੜੇ ਹੈਗੇ ਆ ਇੰਡੀਅਨ ਐਲੀਮੈਂਟਸ ਜਿੱਦਾਂ ਇਹ ਪੀਕੌਕ ਹੈਗਾ ਆ ਜੀ ਮੋਰ ਚਾਂਦ ਵਾਲੀ ਸਿਮਿਲਰਲੀ ਇਹ ਸੂਤਰਲਾ ਹੈਗਾ ਆ ਸੂਤਰਲਾ ਨੂੰ ਆਲਮੋਸਟ ਸਾਲ ਲੱਗਦਾ ਹੈ ਬਣਨ ਨੂੰ ਤੇ ਇਹ ਪੀਕੌਕ ਹੈਗਾ ਇਸ ਦੇ ਸਾਹਮਣੇ ਓਕੇ ਹਾਂਜੀ ਸਾਰਾ ਮੀਨੇ ਵਿੱਚ ਹੈਗਾ ਆ ਡਾਇਮੰਡ ਪੋਲ ਕੀ ਦੇ ਵਿੱਚ ਜੀ ਇਹ ਤੇ ਹੋ ਗਈ ਹੁਣ ਦੇ ਟ੍ਰੈਂਡ ਦੀ ਗੱਲ ਪਰ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਪਿਛਲੇ ਬਹੁਤ ਸਾਲਾਂ ਤੋਂ ਜੁਐਲਰੀ ਡਿਜ਼ਾਈਨਿੰਗ ਦੇ ਵਿੱਚ ਹੈਗੇ ਹੋ ਤੁਹਾਡੇ ਮਦਰ ਸੀਗੇ ਇਸ ਤੋਂ ਪਹਿਲਾਂ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਐਵਰਗ੍ਰੀਨ ਕਿਹੜੀ ਜੁਐਲਰੀ ਚੱਲਦੀ ਆ ਰਹੀ ਹੈ ਜਿਹੜੀਆਂ ਮਤਲਬ ਅੱਜ ਤੋਂ ਵੀ 20 ਸਾਲ ਪਹਿਲਾਂ ਵੀ ਪੈਰਿਆ ਸੀ ਤੇ ਇਹਨਾਂ 20 ਸਾਲਾਂ ਦੇ ਦੌਰਾਨ ਵੀ ਉਹ ਪੈਂਦਾ ਹੀ ਆ ਰਿਹਾ ਆ ਜੇ ਅਸੀਂ ਐਵਰਗ੍ਰੀਨ ਜੁਐਲਰੀ ਦੀ ਗੱਲ ਕਰੀਏ ਆ ਜਿਸ ਤਰ੍ਹਾਂ ਸਾਹਮਣੇ ਤੁਹਾਡੇ ਨਵਰਤਨ ਸੈੱਟ ਪਿਆ ਹੈਗਾ ਨਵਰਤਨ ਸਦੀਆਂ ਤੋਂ ਚੱਲਦਾ ਆ ਰਿਹਾ ਹੈ द ब्यूटी ऑफ कुंदन ज्वेलरी इज दैट ए एक पुश्तुर दूसरी पुश्त assi dene hegeya aur inherit karte hai kyun aur kise da mann nahi karta bi assi ji kundan di jewelry nu tadaiye ya nu kuch kariye ha redesign zarur karte hai kya but koi bi enu dena nahi chahnda kyunki har ek ladki chahndi hai bi mai apni nani di ya dadi di jewelry wear kara kai bar ta 5 6 generation so aa rahi hai ki ਇਸ ਦਾ ਚਾਂਦ ਵਾਲੀ ਹੋ ਗਈ ਚਾਂਦ ਵਾਲੀ ਆਈ ਥਿੰਕ ਮੇਰੇ ਨਾਨੀ ਜੀ ਨੇ ਵੀ ਪਾਈ ਹੋएगी ਉਹਨਾਂ ਦੇ ਮਦਰ ਨੇ ਵੀ ਪਾਈ ਹੋएगी ਸੋ ਬਹੁਤ ساری ਜੁਐਲਰੀ ਹੈਗੀ ਹੈ ਜਿਹੜੀ ਕਿ ਪੁਸ਼ਤਾ ਤੋਂ ਚੱਲਦੀ ਆ ਰਹੀ ਹੈ ਚੁੰਮਕੀ ਚਾਂਦ ਵਾਲੀ ਮਾथा पट्टी ਜੀ ਯੂ نو ਅੱਜ ਕੱਲ ਇਹ ਬਹੁਤ ਟ੍ਰੈਂਡ ਵਿੱਚ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਜੁਐਲਰੀ ਦੀ ਕੀ ਯੂਐਸਪੀ ਹੈ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਆਪਣੀ ਕਜ਼ਨ ਨੂੰ ਮਿਲੀ ਸੀ ਤਾਂ ਮਾਸੀ ਜੀ ਨੇ ਉਹਨਾਂ ਨੂੰ ਮਿਲਦਾ ਅਜਤੋਂ 25 ਸਾਲ ਪਹਿਲਾਂ ਉਹਨਾਂ ਦੇ ਵਿਆਹ ਤੇ ਆਪਣੇ ਹੀ ਜੋ ਜੁਐਲਰੀ ਸੀਗੀ ਉਹਨਾਂ ਦੀ ਐਜ਼ ਇਟ ਇਜ਼ ਉਹਨਾਂ ਨੇ ਗਿਫਟ ਕੀਤੀ ਤੇ ਅੱਜ 25 ਸਾਲ ਬਾਅਦ ਉਹਨਾਂ ਨੇ ਉਹਨੂੰ ਉਸੇ ਤਰ੍ਹਾਂ ਹੀ ਪਾਇਆ ਹੋਇਆ ਸੀ ਕੋਈ ਉਹਨੂੰ ਭੰਨ ਤੋੜਨੀ ਸੀ ਕੀਤੀ ਹੋਈ ਕੋਈ ਉਹਨੂੰ ਨਵੀਂ ਲੁੱਕ ਨਹੀਂ ਸੀ ਦਿੱਤੀ ਹੋਈ ਤੁਹਾਨੂੰ ਕੀ ਲੱਗਦਾ ਕਿ ਇਹ ਜੁਐਲਰੀ ਦੀ ਯੂਐਸਪੀ ਕੀ ਆ ਕਿ ਮਤਲਬ ਇੰਨਾ ਟਾਈਮ ਦੇ ਲਈ ਇਹ ਸਰਵਾਈਵ ਕਰਦੀ ਜਾ ਰਹੀ ਹੈ द ब्यूटी ऑफ कुंदन एज बी एच एक बड़ी एक एलीगेंट लुक हैगी सॉफ्ट लुक आ और क्रिस्टल या डायमंड यूज कर गोल्ड की जोड़ी ब्यूटी हैगी होर निकल के आती हैगी अं जैम स्टोन यूज करते हाँ तो सदियाँ सदिया तो ऑलमोस्ट चार पाँच सौ साल तो कुंदन ज्यूलरी चलती आ रही हैगी ਐਂਡ ਇਹ ਹਮੇਸ਼ਾ ਟ੍ਰੈਂਡ ਵਿੱਚ ਰਹੇਗੀ ਬਿਕੋਜ਼ ਅਗਰ ਤੁਸੀਂ ਇੰਡੀਅਨ ਕੱਪੜੇ ਦੇਖੋ ਸਾਡੀ ਸਾੜੀਜ਼ ਦੇਖੋ ਬਨਾਰਸੀ ਤੰਚੋਈ ਜਾਂ ਬ੍ਰੋਕੇਡ ਦੇਖੋ ਉਹ ਕਦੀ ਵੀ ਆਊਟਡੇਟਡ ਨਹੀਂ ਹੋਇਆ ਬਿਕੋਜ਼ ਉਹ ਇਟਸ ਅ ਬਿਊਟੀਫੁਲ ਵੀਵਿੰਗ ਬਿਊਟੀਫੁਲ ਮਰਜਰ ਆਫ ਗੋਲਡ ਯੂ نو ਅ ਸਿਮਿਲਰਲੀ ਕੁੰਦਨ ਹੈ ਗਾ ਚਾਹੇ ਤੁਸੀਂ ਪੋਲਕੀ ਲੈ ਲਓ ਚਾਹੇ ਤੁਸੀਂ ਕੁੰਦਨ ਲੈ ਲਓ ਵਿਦ ਜੈਮਸਟੋਨਸ ਇਹਦੇ ਵਿੱਚ ਅਸੀਂ ਰੂਬੀ ਲਗਾਨੇ ਆ ਪੰਨਾ ਲਗਾਣੇ ਆ ਵਿਚ ਇਜ਼ ਏਮਰਲਡ 사ફਾਇਰ ਲਗਾਣੇ ਹੈ ਗਿਆ ਸੋ ਓਵਰ ધ ইয়ারਜ਼ ਕਦੀ ਵੀ ਇਹ ਆਊਟਡੇਟਡ ਨਹੀਂ ਹੋਈ ਅੱਜ ਕੱਲ ਤੁਸੀਂ ਕੋਈ ਵੀ ਐਕਟ੍ਰੈਸ ਦੇਖੋ ਦੀਪਿਕਾ ਨੂੰ ਦੇਖ ਲਓ ਅਨੁਸ਼ਕਾ ਨੂੰ ਦੇਖ ਲਓ ਪ੍ਰਿਆੰਕਾ ਨੂੰ ਸਾਰਿਆਂ ਨੇ ਖੁੰਦਨ ਦੀ ਜੁਐਲਰੀ ਪਾਈ ਹੋਈ ਸੀ ਰਿੰਗ ਬਿਲਕੁਲ ਇੱਕ ਹੋਰ ਜਿਹੜਾ ਟ੍ਰੈਂਡ ਆਪਾਂ ਵੈਡਿੰਗ ਸੀਜ਼ਨ ਦੇ ਵਿੱਚ ਦੇਖ ਰਹੀਆਂ ਕਿ ਅੱਜ ਕੱਲ ਕੰਟਰਾਸਟ ਕਲਰ ਦੀ ਜੁਐਲਰੀ ਪਹਿਰੀ ਹੈ ਅਗਰ ਤੁਹਾਡੀ ਡਰੈਸ ਮਰੂਨ ਕਲਰ ਦੀ ਆ ਤਾਂ ਉਹਦੇ ਨਾਲ ਜਿਹੜੀ ਜੁਐਲਰੀ ਹੈ ਉਹ ਇੱਕ ਹੋਰ ਕੰਟਰਾਸਟ ਕਲਰ ਦੀ ਪਹਿਰੀ ਹੈ ਇਹ 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 ਕਿਦਾਂ ਲੱਗਦਾ ਤੁਹਾਨੂੰ ਸੋ ਬਿਲਕੁਲ ਆਈ ਥਿੰਕ ਇਟਸ ਰੀਅਲੀ ਨਾਈਸ ਯੂਜੂਲੀ ਅਗਰ ਤੁਸੀਂ ਜੇ ਇਸ ਕਲਰ ਦੇ ਕੱਪੜੇ ਪਾਏ ਆ ਉਸੇ ਰੰਗ ਦੇ ਜੁਐਲਰੀ ਪਾ ਲੈਂਦੇ ਹੋ ਤੇ ਕੋਈ ਡਿਫਰੈਂਸ ਨਹੀਂ ਲੱਗਦਾ ਸਾਰਾ ਕੁਝ ਮਰਜ ਕਰਤਾ ਆ ਸੋ ਅਸੀਂ ਵੀ ਰਿਕਮੈਂਡ ਕਰਦੇ ਆ ਆਪਣੇ ਕਸਟਮਰਸ ਨੂੰ ਵੀ ਤੁਸੀਂ ਕੰਟਰਾਸਟ ਲੋ ਜੇ ਰੈਡ ਹੈਗਾ ਤੁਸੀਂ ਉਹਦੇ ਨਾਲ ਸਾਊਥ ਸੀ ਪਰਲਸ ਲੈ ਲਓ ਜਾਂ ਫਿਰ 엠ਰਲਡਸ ਪਾ ਲਓ ਜੇ ਕਿਸੇ ਨੇ ਬਲੂ ਰੰਗ ਦੇ ਲਹਿੰਗਾ ਪਾਇਆ ਹੈਗਾ ਆ ਵੀ ਵੁੱਡ ਰਿਕਮੈਂਡ ਵੀ ਤੁਸੀਂ ਰੂਬੀਜ਼ ਪਾ ਲਓ ਸੋ ਕੰਟਰਾਸਟ ਆਲਵੇਜ਼ ਲੁਕਸ ਨਾਈਸ ਵੀ ਤੁਹਾਡੀ ਜੁਐਲਰੀ ਵੀ ਖਿਲ ਕੇ ਆਂਦੀ ਹੈਗੀ ਆ ਵਿਦ ਯੋਰ ਕਲੋਥਸ ਤੁਸੀਂ ਵੀ ਬਹੁਤ ਸਾਰੀਆਂ ਵੈਡਿੰਗ ਅਟੈਂਡ ਕੀਤੀਆਂ ਨੇ ਜੀ ਮੈਂ ਤੁਹਾਡੀ ਪ੍ਰੋਫਾਈਲ ਹਮੇਸ਼ਾ ਫੋਲੋ ਕਰਦੀ ਹੁੰਨੀ ਆ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੇ ਕਲਰ ਇਸ ਟਾਈਮ ਜੁਐਲਰੀ ਦੇ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਇਸ ਸੀਜ਼ਨ ਦੇ ਵਿੱਚ ਸੋ ਇਹ ਸੀਜ਼ਨ ਵਿੱਚ ਆਈ ਥਿੰਕ ਬਹੁਤ ਸਾਰੇ ਪੇਸਟਲ ਕਲਰਸ ਚੱਲ ਰਹੇ ਆ ਜਿਦੇ ਕਿ ਮੈਂ ਬਹੁਤ ਜ਼ਿਆਦਾ ਸ਼ੌਕੀਨ ਆ ਔਰ ਹਮੇਸ਼ਾ ਤੋਂ ਮੈਂ ਉਹਨਾਂ ਨੂੰ ਯੂ ਨੋ ਇਨਕਰੇਜ ਕੀਤਾ ਹੈ ਕਾਇਆ ਰੋਜ਼ ਕੁਆਰਟਸ ਹੋ ਗਿਆ ਲਾਈਟ ਗ੍ਰੀਨ ਪ੍ਰਨਾਈਟ ਐਕਵਾਮਰੀਨ ਇਹ ਤੁਹਾਡੇ ਸਾਹਮਣੇ ਪਿਆ ਹੈ ਗਿਆ ਲਾਈਟ ਬਲੂ ਟੈਂਜ਼ਨਾਈਟ ਸੋ ਹੁਣ ਬਲਕਿ ਜਦੋਂ ਕਸਟਮਰਸ ਆਉਂਦੇ ਹੈਗੇ ਔਰ ਇਹ ਡਿਫਰੈਂਟ ਡਿਫਰੈਂਟ ਕਲਰਸ ਦੇਖਦੇ ਆ ਦੇ ਰੀਲੀ ਲਾਈਕ ਇਟ ਅੱਜ ਕੱਲ ਜਿੱਦਾਂ ਮੀਨਾ ਦਾ ਟ੍ਰੈਂਡ ਹੈ ਗਿਆ ਸਾਰੇ ਪੇਸਟਲ ਕਲਰਸ ਜਾਂ ਇਨਾਮਲ ਵਰਕ ਲਾਈਟ ਗ੍ਰੀਨ ਲਾਈਟ ਬਲੂ ਲਾਈਟ ਪਿੰਕ ਥੀਸ ਆਰ ਆਲ ਦਾ ਕਲਰਸ ਥੈਟ ਆਰ ਟ੍ਰੈਂਡਿੰਗ ਜੀ ਇਥੇ ਬਸ ਸਪੈਸ਼ਲੀ ਅਪਾਂ ਜਿੱਦਾਂ ਪਹਿਲਾਂ ਮੁੰਡਿਆਂ ਦੀ ਗੱਲ ਕਰ ਰਹੇ ਸੀਗੇ ਕਿ ਅੱਜਕੱਲ ਮੁੰਡੇ ਵੀ ਜੁਐਲਰੀ ਪਾ ਰਹੇ ਨੇ ਵਿਆਹਾਂ ਦੇ ਵਿੱਚ ਤੇ ਕਈ ਵਾਰੀ ਅਪਾਂ ਦੇਖਦੇ ਆ ਕਿ ਉਹਨਾਂ ਨੇ ਕਈਆਂ ਨੇ ਕੈਂਠਾ ਵੀ ਪਾਇਆ ਹੁੰਦਾ ਤੇ ਉਹ ਵੀ ਇੱਕ ਪਾਰਟ ਆਫ ਜੁਐਲਰੀ ਆ ਜਾਂਦਾ ਆ ਜਾਂ ਫਿਰ ਕਿੰਨੇ ਜਿਹੜੀਆਂ ਮੈਨੂੰ ਪਤਾ ਤਾਂ ਹੈ ਨਹੀਂ ਅਸੀਂ ਉਹਨੂੰ ਮਾਲਾ ਕਹਿੰਦੇ ਨੇ ਹਾਂਜੀ ਪਰਲਸ ਵਾਲੀ ਨਾ ਉਹ ਪਾਈਆਂ ਹੁੰਦੀਆਂ ਸੱਤ ਲੜੇ ਪਾਉਂਦੇ ਹੈਗੇ ਆ ਹਾਂਜੀ ਸੱਤ ਸੱਤ ਲੜੇ ਵਿੱਚ ਛੋਟੇ ਛੋਟੇ ਕੁੰਦਨ ਦੀਆਂ ਟੁਕੜੀਆਂ ਹੁੰਦੀਆਂ ਆ ਹੂੰ ਤੇ ਤੁਸੀਂ ਕੁਝ ਸੁਜੈਸਟ ਕਰਨਾ ਚਾਹੋਗੇ ਕਿ ਅਗਰ ਤੁਸੀਂ ਅਚਕਨ ਵੇਅਰ ਕੀਤਾ ਤੁਸੀਂ ਉਹਦੇ ਨਾਲ ਕਿਸ ਤਰ੍ਹਾਂ ਦੀ ਜੁਐਲਰੀ ਪਾ ਸਕਦੇ ਹੋ ਸਪੈਸ਼ਲੀ ਗਰੂਮਸ ਦੇ ਲਈ ਅਗਰ ਤੁਸੀਂ ਪੈਂਟ ਕੋਟ ਆਪਣਾ ਕੈਰੀ ਕਰ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਕਿਦਾਂ ਦੀ ਜੁਐਲਰੀ ਪਾ ਰਹੇ ਹੋ ਜਾਂ ਫਿਰ ਅੱਜਕੱਲ ਪਿੰਡਾਂ ਦੇ ਵਿੱਚ ਹੈਗਾ ਕਿ ਕੁਰਤੀ ਪਜਾਮੇ ਵੀ ਪਾਉਂਦੇ ਨੇ ਵਿਆਹਾਂ ਤੇ ਗਰੂਮ ਲੁੱਕ ਜਿਹੜੇ ਨੇਗੇ ਤੇ ਉਹ ਕਿਦਾਂ ਦੀ ਜੁਐਲਰੀ ਪਾ ਸਕਦੇ ਨੇਗੇ ਸੋ ਆ ਜ਼ਿਆਦਾਤਰ ਮੈਂ ਦੇਖਿਆ ਹੈ ਕਾਇਆ that look ki ਅੱਜਕਲ ਟ੍ਰੈਡੀਸ਼ਨਲ ਕਲੋਥਸ ਪਾਉਂਦੇ ਹੈਗੇ ਆ ਮੋਸਟਲੀ ਅਚਕਨ ਪਾਉਂਦੇ ਹੈਗੇ ਆ ਐਂਡ ਅਚਕਨ ਦੇ ਉੱਤੇ ਜੇ ਕਿਸੇ ਨੇ ਕ੍ਰੀਮ ਕਲਰ ਦੀ ਅਚਕਨ ਪਾਈ ਹੋਈ ਹੈ ਰੀਸੈਂਟਲੀ ਮੈਂ ਉਹਨਾਂ ਨੂੰ ਬਹੁਤ ਸੋਨਾ ਗ੍ਰੀਨ ਏਮਰਲਡ which pendant ਬਣਾ ਕੇ ਦਿੱਤਾ ਵਿਦ ਏਮਰਲਡ ਸਟ੍ਰਿੰਗਸ ਸੋ ਅਗੇਨ ਅਸੀਂ ਹਮੇਸ਼ਾ ਕਹਿੰਨੇ ਆ ਵੀ ਜੇ ਤੁਸੀਂ 골ਡ ਅਚਕਨ ਪਾਈ ਆ ਤੁਸੀਂ ਉਹਦੇ ਨਾਲ ਕੰਟਰਾਸਟ ਪਾਓ ਬਲੂ ਪਾਓ ਯਾ ਪਿੰਕ ਪਾਓ ਯਾ ਗ੍ਰੀਨ ਪਾਓ

ਅ ਪ੍ਰਿਨਾਈਟ ਇਹੋ ਜੇ ਸਟones ਰੀਕਮੈਂਡ ਕਰਦੇ ਆ ਜਿਹੜੇ ਕਿ ਬਹੁਤ ਕਲਾਸੀ ਲੁੱਕ ਦਿੰਦੇ ਹੈਗੇ ਆ ਅ ਵਿਆਹ ਹਰ ਇੱਕ ਦੀ ਜ਼ਿੰਦਗੀ ਚ ਖਾਸ ਇੱਕ ਦਿਨ ਹੁੰਦਾ ਹੈ ਨਾ ਤੇ ਕਿਉਂਕਿ ਹਰ ਕੋਈ ਹਰ ਜੁਲਰੀ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਕਈ ਜੁਲਰੀ ਜਿਵੇਂ ਰੂਬੀਜ਼ ਹੋ ਕੇ ਬਹੁਤ ਐਕਸਪੈਂਸਿਵ ਨੇਗੀ ਅਫੋਰਡੇਬਲ ਜੁਲਰੀ ਕਿਹੜੀ ਹੈਗੀ ਜਿਹੜੀ ਪਾ ਕੇ ਡੀਸੈਂਟ ਵੀ ਲੱਗੇ ਸੋਨੇ ਵੀ ਲੱਗੇ ਤੇ ਹਰ ਕੋਈ ਅਫੋਰਡ ਵੀ ਕਰ ਸਕਦਾ ਹੋਵੇ ਉਹਦੇ ਲਈ ਕੁਝ ਤੁਸੀਂ ਦੱਸਣਾ ਚਾਹੋਗੇ ਹਾਂਜੀ ਅ ਜਦੋਂ ਮੇਰੇ ਮਦਰ ਨੇ ਇਹ ਸ਼ੁਰੂ ਕੀਤਾ ਸੀਗਾ ਸੋ ਅ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਇਨ ਲਾਈਟ ਵੇਟ ਕੁੰਦਨ ਅਜਾ ਇਹਦਾ ਮਤਲਬ ਹੈਗਾ ਆ that ਇਨਾ ਇੰਟਾਇਰ ਮੈਨੂਫੈਕਚਰਿੰਗ ਪ੍ਰੋਸੈਸ ਅਸੀਂ ਇਸ ਕਿਸਮ ਨਾਲ ਬਣਾਉਂਦੇ ਹਾਂ that ਪੀਸਸ ਹੈਵੀ ਨਾ ਹੋਣ ਜਾਂ ਉਹਨਾਂ ਵਿੱਚ ਜ਼ਿਆਦਾ ਲਾਕ ਨਾ ਹੋਏ ਕਿਉਂਕਿ ਹਰੇ ਕੁੰਦਨ ਦੇ ਸੈਟ ਵਿੱਚ ਲਾਕ ਚਾਹੀਦੀ ਹੁੰਦੀ ਹੈ ਉਹਨੂੰ ਸੈਟ ਕਰਨ ਵਾਸਤੇ ਅਜਾ ਸੋ ਅ ਵੱਡੇ ਵੱਡੇ ਸੈੱਟ ਹੁੰਦੇ ਸੀਗੇ ਜਿੱਦਾਂ ਮੇਰੀ ਨਾਨੀ ਦਾ ਸੈੱਟ ਸੀਗਾ ਜਾਂ ਯੂ نو ਉੱਪਰ ਤੋਂ ਲੱਕ ਤੱਕ ਸੋ ਵਾਟ ਵੀ ਡਿਡ ਇਜ਼ ਵੀ ਡੀਕਨਸਟਰਕਟਡ ਕੁੰਦਨ ਮਤਲਬ ਕਿ ਸਾਡੇ ਕੋਲ ਤੁਹਾਨੂੰ ਛੋਟੇ ਤੋਂ ਛੋਟਾ ਕੁੰਦਨ ਦਾ ਪੀਸ ਜਿੱਦਾਂ 6000 ਤੋਂ ਇਅਰਿੰਗ ਸ਼ੁਰੂ ਹੋ ਜਾਏਗਾ ਗੋਇੰਗ ਅਪ ਟੂ ਲੈਕਸ ਬਟ ਆਰ ਸਪੈਸ਼ਲਾਈਜ਼ੇਸ਼ਨ ਇਜ਼ ਲਾਈਟ ਕੁੰਦਨ ਤਾਂ ਕਿ ਮੀਡਲ ਕਲਾਸ ਪਾ ਸਕੇ पहले इट वाज नॉट अवेलेबल यू नो ਤੁਸੀਂ ਕਿਸੇ ਵੀ ਸ਼ਾਪ ਤੇ ਜਾਂਦੇ ਸੀਗੇ ਹਮੇਸ਼ਾ ਤੁਹਾਨੂੰ ਵੱਡੇ ਸੈੱਟ ਮਿਲਦੇ ਸੀਗੇ ਪਰ ਅਗਰ ਮੇਰਾ ਮਨ ਕਰ ਰਿਹਾ ਵੀ ਮੈਂ ਇੱਕ ਮੈਨੂੰ ਕੁੰਦਨ ਦੀ ਜੁਐਲਰੀ ਪਸੰਦ ਹੈ ਪਰ ਮੈਂ ਵੱਡਾ ਸੈੱਟ ਨਹੀਂ ਲੈਣਾ ਚਾਹੁੰਦੀ ਬਿਕੋਜ਼ ਮੈਂ ਕੋਕਟੇਲ ਪਾਰਟੀ ਤੇ ਪਾਣਾ ਹੈ ਜਾਂ ਮੈਂ ਕਿਸੇ ਦੇ ਸੰਗੀਤ ਤੇ ਪਾਣਾ ਹੈ ਜਾਂ ਆਫਟਰ ਅ ਸਰਟਨ ਏਜ ਤੁਸੀਂ ਇੰਨੇ ਵੱਡੇ ਵੱਡੇ ਸੈੱਟ ਨਹੀਂ ਪਾ ਸਕਦੇ ਸੋ ਵੀ ਮੇਡ ਜੁਐਲਰੀ ਕੁੰਦਨ ਜੁਐਲਰੀ ਫॉर दैट ਕਾਈਂਡ ਆਫ ਕਸਟਮਰ ਜਿਨ੍ਹਾਂ ਨੂੰ

ਏ ਅਸੀਂ ਸਿਰਫ ਕਰ ਸਕੇ ਬਿਕੋਜ਼ ਅਸੀਂ ਇਨ ਹਾਊਸ ਡਿਜ਼ਾਈਨਿੰਗ ਕਰਦੇ ਆਂ ਇਨ ਹਾਊਸ ਮੈਨੂਫੈਕਚਰਿੰਗ ਕਰਦੇ ਆਂ ਸਾਡੇ ਕਸਟਮਰ ਸਾਨੂੰ ਕੋਈ ਪਿਕਚਰ ਦਿਖਾ ਦੇਣ ਜਾਂ ਅਗਰ ਕੋਈ ਚਾਹਦਾ ਆ ਵੀ ਜੀ ਮੈਂ ਬੀ ਸਪੋਕ ਜੁਐਲਰੀ ਡਿਜ਼ਾਈਨ ਕਰवानी ਹੈ ਕਿਆ ਸੋ ਵੀ ਡੂ 올 ਆਫ ਥੈਟ ਅ ਸਰਟਨ ਕਲਰ ਅ ਸਰਟਨ ਕਟ ਉਹ ਦੀ ਸਟ੍ਰਿੰਗਿੰਗ ਕਿਸ ਤਰ੍ਹਾਂ ਹੋਣੀ ਚਾਹੀਦੀਆ ਫਰੋਮ ਸਟਾਰਟ ਟੂ ਫਿਨਿਸ਼ ਅਸੀਂ ਕਸਟਮਰ ਨਾਲ ਕੰਮ ਕਰਦੇ ਹੈਗੇ ਆ ਔਰ ਜਿਹੜਾ ਉਹਨਾਂ ਦਾ ਮਨ ਪਸੰਦ ਪੀਸ ਹੈ ਉਹ ਉਹਨਾਂ ਨੂੰ ਡਿਜ਼ਾਈਨ ਕਰਕੇ ਦਿੰਦੇ ਆ ਜੀ ਅੱਜ ਦੇ ਟ੍ਰੈਂਡਸ ਨੂੰ ਦੇਖਦੇ ਹੋਇਆ ਜਾਂ ਫਿਰ ਪਿਛਲੇ ਜਿਹੜੇ ਆ 5 ਸਾਲ ਸਾਢੇ ਲੰਘ ਕੇ ਗਏ ਹਨ ਉਹਨਾਂ ਨੂੰ ਦੇਖਦੇ ਹੋ ਥੋਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੁਐਲਰੀ ਟ੍ਰੈਂਡ ਕਿਦਾਂ ਦਾ ਰਹਿਣ ਵਾਲਾ ਸੇਮ ਜਾਣਗੇ ਜਾਂ ਫਿਰ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਦੇ ਟ੍ਰੈਂਡ ਸੀਗੇ ਉਹ ਦੁਬਾਰਾ ਤੋਂ ਆ ਰਹੇ ਨੇਗੇ ਆਬਵੀਅਸਲੀ ਆਈ ਰਹੇ ਨੇਗੇ ਤੇ ਥੋਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦਾ ਮਤਲਬ ਇੰਟਰਸਟ ਕੀ ਹੋਗਾ ਜੁਐਲਰੀ ਨੂੰ ਲੈ ਕੇ ਕਿਦਾਂ ਦੀ ਜੁਐਲਰੀ ਲੋਕੀ ਪਾਉਣਾ ਪਸੰਦ ਕਰਨਗੇ ਆ ਮੇਰੇ ਖਿਆਲ देयर इज अ ਲੋਟ ਆਫ ਚੇਂਜ ਆ बहुत सारा रिवाइवल आ रिवाइवल टूवर्ड्स ओल्ड ट्रेंड्स यू यूनो वही पुरानिया चीज़ा मगर हस्तबंद झुमकीज़ बिगर बिगरकरण फूल झुमकीज़ वो सारिया इन है गया बट मोस्टली फॉर वेडिंग्स बट एवरी डे डे टू डे वे आई थिंक लोग कट जूलरी पाना चाहते हैं बट दे आर वेअरिंग स्टेटमेंट पीसिस नो ਉਹਦੇ ਵਾਸਤੇ ਇੱਕ ਅਸੀਂ ਨਵੀਂ ਲਾਈਨ ਸ਼ੁਰੂ ਕੀਤੀ ਹੈ ਵਿਚ ਇਜ਼ ਕੰਟੈਂਪੋਰੀ ਐਂਡ ਵਿਚ ਫੋਕਸਸ ਓਨਲੀ ਔਨ ਜੈਮ ਸਟੋਨਸ ਵਿਦ ਸਮ ਡਾਇਮੰਡਸ ਐਂਡ ਦੇ ਕੈਨ ਵੇਅਰ ਥੈਟ ਵਿਦ ਟਰਾਊਜ਼ਰਸ ਕਾਰਪੋਰੇਟ ਆਫਿਸ ਵਿਚ ਤੁਸੀਂ ਕੰਮ ਕਰ ਰਹੇ ਹੋ ਯੂ ਜਸਟ ਵਾਂਟ ਟੂ ਵੇਅਰ ਯੂ نو ਸਮਾਲ ਪਰਲ ਇਅਰਿੰਗਸ ਵਿਦ ਅ ਡਾਇਮੰਡ অর ਸੈਫਾਇਰਸ so i see that a lot and uh, india which we aajkal bahut sare um, clients nu no, customers nu no, You know they are very knowledgeable about gemstones, and it's getting better. Mm -hmm. You know, it's worldwide. Okay, globalization, being on the internet and social media, both uh, are changes. yeah changes. and you're you know you're following the trends all over the world. Jee, to see your mother, to this profession, what they like, yeah, they two, very Sonia daughters, and two, 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 two ਕਿ ਜਿਹੜੀ ਯੂਐਸ ਦੇ ਵਿੱਚ ਰਹਿੰਦੇ ਨੇ ਪੜ ਰਹੇ ਨੇ ਕਿ ਉੱਥੇ ਤੇ ਇਹ ਲੌਂਗ ਡਿਸਟੈਂਸ ਦੇ ਵਿੱਚ ਰਹਿ ਕੇ ਉਹਨਾਂ ਦੇ ਨਾਲ ਵੀ ਕਨੈਕਸ਼ਨ ਰੱਖਣਾ ਤੇ ਆਪਣੇ ਕੰਮ ਦੇ ਲਈ ਵੀ ਪੂਰੀ ਡੈਡੀਕੇਸ਼ਨ ਦੇਣੀ ਇਹ ਤੁਸੀਂ ਮੈਨੇਜ ਕਰ ਪਾਉਂਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਤੋਂ ਬਾਅਦ ਤੁਹਾਡੀਆਂ ਡਾਟਰਸ ਨੂੰ ਥੋੜਾ ਜਿਹਾ ਇੰਟਰਸਟ ਹੈ ਇਸ profession ਦੇ ਵਿੱਚ ਹਾਂਜੀ ਬਿਲਕੁਲ ਸੋ ਇੱਕ ਔਰਤ ਵਾਸਤੇ ਤਾਂ ਹਮੇਸ਼ਾ ਇਹ ਚੈਲੰਜ ਰਿਹਾ ਹੈਗਾ ਯਾਰ ਟੂ ਮੈਨੇਜ ਹੋਮ ਲਾਈਫ ਐਂਡ manage her professional life but i'm blessed i would say rab da shukar hai that jadon uh, mere bachche chote sige mai bahut sara unnu time devote kita hun -hmm. oh college vich hage ne they are studying and they are very independent mm -hmm. but mai hamesha koshish uh, kar diya har tin char mine baad unnu mila they are assi sare as a family we are very fond of travelling mm -hmm. so assi ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਥੋੜੇ ਦੇਰ ਬਾਅਦ ਅਸੀਂ ਜ਼ਰੂਰ ਟ੍ਰੈਵਲ ਕਰੀਏ ਇਕੱਠੇ ਔਰ ਇਕੱਠੇ ਸਿੱਖੀਏ ਯੂ نو ਫ্রম ਡਿਫਰੈਂਟ ਪਾਰਟਸ ਆਫ ਦ ਵਰਲਡ ਬਿਕੋਜ਼ ਜਦੋਂ ਤੁਸੀਂ ਟ੍ਰੈਵਲ ਕਰਦੇ ਹੋ ਯੂ نو ਕ੍ਰਾਸ ਕਲਚਰਲ ਇਨਫਲੂਐਂਸਸ ਫੂਡ ਵੇ ਆਫ ਲਿਵਿੰਗ ਕਲੋਥਸ ਜੁਐਲਰੀ ਹਰ ਇੱਕ ਚੀਜ਼ ਤੁਹਾਨੂੰ ਬਹੁਤ ਸਾਰੀਆਂ ਸਿਮਿਲੈਰਿਟੀਜ਼ ਲੱਗਦੀਆਂ ਹੈਗੀਆਂ ਐਂਡ ਸਮ ਡਿਫਰੈਂਸਸ ਵਿਚ ਯੂ ਇੰਬਾਈ and uh, meri vaddi dot fashion business study kar rahi hai aur jedi choti wali hai she is studying international business and entrepreneurship mm -hmm. so uh, mere parents ne mainu puri freedom ditti si to do what i want and uh, of course uh, they are the younger generation so they have all the freedom to follow whatever yes deep down somewhere mainu lagda hai i wish they uh, <laughs> somehow take this up mm -hmm. Mm -hmm. And uh, they are interested in it. So let's see how that uh, happens or what works out. The, the other thing, what uh, we as a company are doing a lot, is social media. Yeah. Through social media, through Instagram, through Facebook, we a lot customers who reach out, and uh, we have a very uh, a wonderful interaction. ਕੋਈ ਅਮਰੀਕਾ ਬੈਠਾ ਹੈ ਕੋਈ ਯੂਰਪ ਬੈਠਾ ਹੈ ਕੋਈ ਨਾਰਵੇ ਤੋਂ ਮੈਸੇਜ ਕਰ ਰਿਹਾ ਸਾਨੂੰ ਐਂਡ ਯੂ نو ਸੋ ਡੈਫੀਨਿਟਲੀ ਟੈਕਨੋਲੋਜੀ ਹੈਸ ਮੇਡ ਅਸ 올 ਕਮ ক্লোਜ਼ਰ ਬਿਲਕੁਲ ਥ੍ਰੀਟੀ ਸੂਨਰ ਵੈਬਸਾਈਟ ਵਿਲ ਬੀ ਲਾਂਚਡ ਐਂਡ देयर आफ्टर ਕਸਟਮਰਸ ਕੈਨ ਆਰਡਰ ਜੁਐਲਰੀ ਇਨ ਫੈਕਟ ਹਜੇ ਵੀ ਅਸੀਂ ਬਹੁਤ سارے ਆਰਡਰਸ ਡਿਲੀਵਰ ਕਰਦੇ ਆ ਜੀ ਬਿਲਕੁਲ ਫਿਲਹਾਲ ਦੇ ਲਈ ਅਗਰ ਤੁਸੀਂ ਕੁੰਦਨ ਦੀ ਜੁਐਲਰੀ ਜਾਂ ਫਿਰ ਇਹਨਾਂ ਦੁਆਰਾ ਡਿਜ਼ਾਈਨ ਕੀਤੀ ਹੋਈ ਕੋਈ ਵੀ ਤਰ੍ਹਾਂ ਦੀ ਜੁਐਲਰੀ ਖਰੀਦਣੀ ਚਾਹੁੰਦੇ ਹੋ ਜਾਂ ਦੇਖਣੀ ਚਾਹੁੰਦੇ ਹੋ ਤਾਂ ਤੁਸੀਂ ਚੰਡੀਗੜ੍ਹ ਦੇ ਸੈਕਟਰ 8 ਪੀ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਮੈਮ ਜਾਣਦੇ ਹੋਏ ਕੋਈ ਤੁਸੀਂ ਜੁਐਲਰੀ ਟਿਪ ਦੇਣਾ ਚਾਹੋਗੇ ਜਾਂ ਫਿਰ ਫੈਸ਼ਨ ਨੂੰ ਲੈ ਕੇ ਕੋਈ ਟਿਪ ਦੇਣਾ ਚਾਹੋਗੇ ਇਸ ਵਿంటర్ ਸੀਜ਼ਨ ਦੇ ਲਈ ਅ ਡੈਫੀਨਿਟਲੀ i think lot of rich colors uh, rich colors uh, but the sapphire uh, the rich color to mm. sapphire would be tanzanite mm. ruby the hiriya rubellite mm. and uh, they are not the same stone but they are a little different so uh, emeralds of course her season just wearing a you know string of three strands of emeralds with nice kundan jhumkis mm. or balis और ओवरसाइज स्टार्स जिस तरह टनाइट ओवरसाइज टार्ड्स पे है बहुत अच्छे लगन गए एंड आई थिंक द ट्रेंड हैज़ ऑलसो चेंज्ड इन द सेंस देंस अजकू दे आर वेयरिंग ज्वेलरी पर दे आर वेयरिंग इट इन अ वेरी स्टाइलिश मैनर एंड दे आर नॉट ओवर डूइंग इट एंड सो आई वॉट आई फील इज वन पीस ऑफ एडवाइस आई वुड लव टू गिव ऑल ब्राइड्स इज कई बार ऊपर तो लैके नीचे तक यू you नो know, Your entire neck loaded. is covered. <laughs> but what I would like to say is skin is a very important part of our being. Okay. So your neck should be visible. Mm -hmm. You know. Not overdoing it, but just having enough is the key to it. Not, you know, that's what I think. That your face should be visible, your skin should be visible. Mm -hmm. not that ਤੁਸੀਂ ਉੱਪਰ ਤੋਂ ਲੈ ਕੇ ਨੀਚੇ ਤੱਕ ਕਵਰ ਕਰ ਦਿੱਤਾ ਆਪਣੇ ਆਪ ਨੂੰ ਜੀ ਬਿਲਕੁਲ ਥੈਂਕ ਯੂ so much ਮੈਮ ਤੁਸੀਂ ਇੱਕ ਵਾਰ ਫਿਰ ਤੋਂ ਸਾਨੂੰ ਆਪਣਾ ਟਾਈਮ ਦਿੱਤਾ ਅਤੇ ਲੇਟੈਸਟ ਜੁਐਲਰੀ ਟ੍ਰੈਂਡਸ ਨੂੰ ਲੈ ਕੇ ਅਤੇ ਖਾਸ ਕਰਕੇ ਜਿਹੜਾ ਤੁਸੀਂ ਇਸ ਵਾਰ ਦੇ ਵੀਡਿੰਗ ਸੀਜ਼ਨ ਅਤੇ ਵਿంటర్ ਸੀਜ਼ਨ ਦੇ ਲਈ ਜਿਹੜੇ ਸਾਨੂੰ ਜੁਐਲਰੀ ਟਿਪ ਦਿੱਤੇ ਨੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ੂ ਗੁੱਡ ਲੱਕੀ ਅਨਾਹ ਕੁੰਦਨ ਜੁਐਲਰੀ ਦਾ ਨਾਮ ਹਮੇਸ਼ਾ ਬਣਿਆ ਰਹੇ ਅਤੇ ਅਸੀਂ बार-ਬਾਰ ਤੁਹਾਨੂੰ ਵਾਰ-ਵਾਰ ਮੌਕਿਆਂ ਤੇ ਮਿਲਦੇ ਰਹੀਏ ਥੈਂਕ ਯੂ so much ਥੈਂਕ ਯੂ so much ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸੰਸਾਟੇਨਲ ਅਨਾਹ ਕੁੰਦਨ ਜੁਲਰੀ ਦੇ ਕ੍ਰੀਏਟਿਵ ਹੈੱਡ ਮੈਡਮ ਸਿਮਰਨ ਗੋਸਲ ਹੋਰੀ ਜਿਨ੍ਹਾਂ ਦੇ ਨਾਲ ਅਸੀਂ ਜੁਲਰੀ ਡਿਜ਼ਾਈਨਿੰਗ ਨੂੰ ਲੈ ਕੇ ਜਾਂ ਫਿਰ ਇਸ ਟਾਈਮ ਮਾਰਕੀਟ ਦੇ ਵਿੱਚ ਜੁਲਰੀ ਨੂੰ ਲੈ ਕੇ ਕਿਹੜੇ-ਕਿਹੜੇ ਟ੍ਰੈਂਡ ਚੱਲ ਰਹੇ ਨੇ ਜਾਂ ਫਿਰ ਜੁਲਰੀ ਦੇ ਵਿੱਚ ਇਸ ਸੀਜ਼ਨ ਕਿਹੜੇ-ਕਿਹੜੇ ਕਲਰ ਟ੍ਰੈਂਡ ਦੇ ਵਿੱਚ ਹੈਗੇ ਨੇ ਬਾਰੇ ਗੱਲਬਾਤ ਕੀਤੀ ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਪਸੰਦ ਕਰੋਗੇ ਬਾਕੀ ਫਿਲਹਾਲ ਦੇ ਲਈ ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਰੱਬ ਰੱਖਾ